ਬਾਈ ਇੱਕ ਬਾਤ ਮੈਂ ਅੱਜ ਬੋਲਣ ਵਾਲਾ ਹੋ ਰਿਹਾ ਔਰ ਬਹੁਤ ਜ਼ਰੂਰੀ ਬਾਤ ਹੈ ਮੈਂ ਇਸੇ ਕਰਕੇ ਰਾਤ ਨੂੰ ਬਣਾ ਰਿਹਾ ਜੋ ਵੀਡੀਓ ਇਸ ਹਫਤੇ ਮੈਂ ਮੈਂ ਤਿੰਨ ਚਾਰ ਐਕਸੀਡੈਂਟ ਆਪਣੇ ਆਸ-ਪਾਸ ਹੀ ਦੇਖ ਲਈਏ ਜੋ ਬੁਲਾਸਪੁਰ ਦਾ ਏਰੀਆ ਹੈ ਜ਼ਿਲ੍ਹਾ ਜਬਨਨਗਰ ਹਰਿਆਣਾ ਤੋਂ ਕਈ ਐਕਸੀਡੈਂਟ ਦੇਖ ਲਈਏ ਮੈਨੇ ਚਾਰ ਪੰਜ ਐਕਸੀਡੈਂਟ ਇਹ ਨਹੀਂ पाँच सात दिन में देख दी एक ईवी भी होक्सीडेंट ई बी भी तीन बच्चिया जहरी थी एक उस पर देखो गलती भी है और उम्र भी कम थी उनकी तो ज्यादा चोट लगी पहला भी एक बच्चा था वह चोट लगी ट्रामा सेंटर में पड़ा बेचारा तो जब मैं वो पूरी सारी कहानी सोची और इस पर सारा ध्यान दिया तो मेरे को एक समझ आई ਇਹ ਮਾਇਓ ਨਹੀਂ ਕਰਦਾ ਵੀ ਆਪ ਨੂੰ ਵੀ ਉਹ ਚੀਜ਼ ਅੱਛੀ ਲੱਗ ਗਈ ਨਹੀਂ ਆ ਨਹੀਂ ਲੱਗ ਗਈ ਕੀ ਬਾਤ ਹੈ ਮਾਇਓ ਨਹੀਂ ਕਰਦਾ ਲੇਕਿਨ ਮੈਂ ਜੋ ਸੋਚਿਆ ਤੋ ਬਹੁਤ ਗਹਿਰਾਈ ਤੇ ਸੋਚਿਆ ਰ ਆਪ ਵੀ ਸੋਚਿਓ ਮੇਰੀ ਬਾਤ ਸੁਣਦੇ ਹੋ ਮੈਂ ਇਹ ਸੋਚਿਆ ਵੀ 50 ਸਾਲ 100 ਸਾਲ 50 60 ਸਾਲ ਬਾਈ ਜੋ ਸੜਕਾਂ ਸੀ ਜੋ ਰਸਤੇ تھے ਵਹੀ ਹੈ ਵਹੀ ਨਹੀਂ ਖੁੱਲੇ लेकिन मशीनरी और आबादी बहुत बद गई तो मेरा कहने का मतलब रस्ते तो वही हैं संकरे रस्ते जितनी मतलब उस टाइम जनसंख्या थी जिस हिसाब से लोगों के पास गाड़ियाँ थी जिस हिसाब से मोटरसाइकिल मशीनरी थी उसी हिसाब से वो रस्ते थे और एक्सीडेंट बहुत कम हुआ थे और साइकिल लेकर भी जाते थे भी वो भी सारा कुछ था लेकिन ये रस्ते तो वही रह गए आबादी बद गई मशीनरी बद गई एक एक घर मा चार चार संदे खड़े भाई ਤੋ ਐਕਸੀਡੈਂਟ ਤੋ ਹੋਣਾ ਹੀ ਆ ਜਾਂ ਤਾਂ ਸਭਾਵਾ ਹੈ ਕਾ ਜਾਂ ਤੋ ਸਰਕਾਰ ਕੀ ਇੱਕ ਨੀਤੀ ਹੋਣੀ ਚਾਹੀਏ ਭਈਓ ਜੀ ਜਨਸੰਖਿਆ ਦੇ ਹਿਸਾਬ ਤੇ ਸੜਕਾਂ ਵੀ ਚੌੜੀ ਕਰੋ ਭਾਈ ਇਹ ਵੀ ਸੜਕਾਂ ਚੌੜੀ ਕਰਾਂਗੇ ਜਿਹਨ ਜਮੀਨਦਾਰਾਂ ਕੀ ਸੜਕਾਂ ਮਾਂ ਜਮੀਨਾਂ ਕੀ ਵੇ ਅਲੱਗੁੱਲੱ ਕਰਾਂਗੇ ਬਿਮਾਰੀ ਤੇ ਬਪਤੀ ਜਮੀਨ ਸਰਕਾਰ ਵੀ ਕੀ ਕਰਾਂਗੇ ਉਸ ਨਾਲ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਧਰਣਾ ਦੇ ਕੇ ਬੈਠ ਜਾ ਅੱਜ ਕਦੋਂ ਸਭ ਤੋਂ ਸੌਖਾ ਕੰਮ ਆ ਵੀ ਆਪਣਾ ਕੱਪੜਾ ਠਾਇਆ ਝੰਡਾ ਬਣਾਇਆ ਅਰਠਾ ਹੈਗਾ ਆਪਣੇ 10 ਆਦਮੀ ਜਿੰਦਾਬਾਦ ਮੁਰਦਾਬਾਦ ਕਰਨ ਲਗੇ ਆਦੇ ਆਦਨ ਨੂੰ ਤੇ ਇਹ ਹੀ ਨਹੀਂ ਪਤਾ ਹੁੰਦਾ ਕਿ ਕਹੇ ਪਿੱਛਾ ਧਰ ਨਾ ਰਿਆ ਉਹਨੂੰ ਜਦ ਪੁੱਛਾ ਵੀ ਹਾਂ ਜੀ ਪੱਤਰਕਾਰ ਪੁੱਛਾ ਮੇਰੇ ਵਰਗੇ ਵੀ ਹਾਂ ਜੀ ਕਿਉਂ ਧਰਨਾ ਦੇਲੇ ਕੀ ਬਾਤ ਹੈ ਕੀ ਕਰਨੀ ਉਹਨੂੰ ਪਤਾ ਹੀ ਹੁੰਦਾ ਵੀ ਕਹੇ ਪਿੱਛਾ ਇਕੱਠੇ ਹੋਏ ਪਰ ਲੇਕਿਨ ਉਹ ਆ ਵੀ ਇੱਕ ਨੂੰ ਇੱਕ ਦੂਸਰ ਨੂੰ ਦੇਖਾ ਦੇਖੀ ਜਿੰਦਾਬਾਦ ਮੁਰਦਾਬਾਦ ਮੇਰੇ ਕਹਣ ਦਾ ਤਤਪਰੀਆ ਜਿਆ ਥਾ ਬਈ ਜੋ 50 60 ਸਾਲ ਪਹਿਲੇ ਸੜਕਾਂ ਥੀ ਸੜਕਾ ਤੋਂ ਆ ਉਤਨੀ ਉਹ ਚੌੜੀ ਲੇਕਿਨ ਮਸ਼ੀਨਰੀ ਵੱਧ ਗਈ ਭਾਈ ਇਹ ਜੋ ਰੋਜ਼ ਦੇ ਐਕਸੀਡੈਂਟ ਆਪ ਦੇਖ ਰਹੇ ਔਰ ਬਹੁਤ ਖਤਰਨਾਕ ਐਕਸੀਡੈਂਟ ਦੇਖ ਰਹੇ ਆਪ ਨੂੰ ਪਤਾ ਹੋਗਾ ਤੋ ਇਸ ਦਾ ਇੱਕ بڑا ਇਹ ਹੀ ਕਾਰਨ ਹੈ ਕਿ ਸੜਕਾਂ ਤੋਂ ਹੈ ਉਸੇ ਹਿਸਾਬ ਤੇ ਜੋ ਪਹਿਲੇ ਜਨਸੰਖਿਆ ਸੀ 50 60 ਸਾਲ ਪਹਿਲੇ ਔਰ ਮਸ਼ੀਨਰੀ ਭਾਈ ਮੇਰਾ ਖਿਆਲ ਪਤਾ ਨਹੀਂ 10 ਗੁਣਾ ਵੱਧ ਗਈ ਜਾਂ 15 20 ਗੁਣਾ ਵੱਧ ਗਈ ਮੈਨੂੰ ਤਾਂ ਬਹੁਤ ਲੱਗਾ ਵੀ 25% ਜਾਂ ਜ਼ਿਆਦਾ ਵੱਧ ਗਈ ਮਸ਼ੀਨਰੀ 25% ਕੀ ਮੈਂ ਤਾਂ 100% ਹੀ ਕਹੂੰਗਾ ਭਾਈ ਉਹ ਇਸ ਲਈ ਭਈ ਆਜ ਤੇ 70 ਸਾਲ ਪਹਿਲਾਂ ਜਿਸਕੇ ਪਾਸ ਸਾਈਕਲ ਥਾ ਉਹ ਭਾਈ ਆਜ ਕੱਲ ਉਸ ਘਰ ਮਤੋਂ ਦੋ-ਦੋ ਮੋਟਰਸਾਈਕਲ ਖੜੇ ਤਿੰਨ-ਤਿੰਨ ਸਾਈਕਲ ਵੀ ਜਿਸਨੇ ਪਤਾ ਨਹੀਂ ਥਾ ਕਿੱਕਾ ਚਲਾਵਾ ਜਿਹਨ ਕੇ ਬਜ਼ੁਰਗਾਂ ਨੂੰ ਉਹਨਾਂ ਭਾਈ ਆਜ ਕੱਲ ਬਥੇਰੀ ਮਸ਼ਰੀਦੀਆਂ ਖੜੀ ਕਿਉਂ ਜਮਾਨਾ ਬਦਲ ਗਿਆ ਤੋਂ ਇਸ ਕਰਕੇ ਵੀ ਐਕਸੀਡੈਂਟ ਤਾਂ ਹੋਵੰਗੇ ਔਰ ਦੂਸਰੀ ਇਲਾਕੀ ਜਿਤਨਾ ਗਵਰਨਮੈਂਟ ਨੇ ਕਹਿਆ ਵੀ 18 ਸਾਲ ਕੇ ਆਦਮੀ ਨੂੰ ਲਾਇਸੈਂਸ ਬਣਾਓ ਇਹ ਬੱਚਾ ਨਾ ਚਲਾਓ ਫਰਣਾ ਲੇਕਿਨ ਕੌਣ ਪ੍ਰਵਾਹ ਕਰ ਰਿਹਾ ਚਲਾ ਰਹੇ ਪਰ ਜਦ ਐਕਸੀਡੈਂਟ ਹੋ ਜਾ ਘੇਰ ਘਰ ਵਾਲੇ ਵੀ ਕਹਿੰਦੇ ਓਹੋ ਬਹੁਤ ਕੰਮ ਖਰਾਬ ਹੈ ਗਿਆ ਭਾਈ ਪਹਿਲਾਂ ਰੋਕਦਾ ਨਹੀਂ ਕੋਈ ਔਰ ਮੈਂ ਤਾਂ ਇਹ ਦੇਖਿਆ ਦੇਖੋ ਮੈਂ ਗਲੀਆਂਾਂ માં ਬਜ਼ਾਰਾਂ માં ਐਸੇ ਦੇਖਿਆ ਬਜ਼ਾਰਾਂ માં ਤਾਂ ਕੰਮ ਗਲੀਆਂਾਂ માં ਦੇਖਿਆ ਮੈਂ ਛੋਟਾ ਬੱਚਾ ਜਾਮਦਾ 3 ਸਾਲ ਦਾ 4 ਸਾਲ ਦਾ ਬੱਚਾ ਵੀ ਛੋਟਾ ਸਾਈਕਲੇ ਰਿਹਾ ਛੋਟਾ ਸਾਈਕਲ ਔਰ ਉਹ ਉਹਨੂੰ ਯੋ ਨਹੀਂ ਪਤਾ ਕਿ ਹਰਨ ਤੇ ਹਰਨ ਕਾ ਉਸਨੂੰ ਪਤਾ ਹੀ ਨਹੀਂ ਪਾ ਰਣ ਤੇ ਅੱਗਾ ਪਿੱਛੇ ਵੀ ਹੋਣਾ ਕਿ ਕੌਣ ਸੇ ਜਗ੍ਹਾ ਚੱਲਣਾ ਕੌਣ ਸੇ ਹਰਨ ਦੀਆਂ ਜਾਓ ਬੇਸ਼ੱਕ ਛੋਟਾ ਬੱਚਾ ਆਪ ਬੱਚੇ ਤਾਂ ਬਚੋ लेकिन वो बच्चे ने क्या पता बेचारे ने मैंने क्या करना क्या नहीं करना माँ बाप भी लापरवाह देगा बच्चे साइकिल सइकिल सात सौ की हज़ार रुपए की छोटी साइकिल जा बेटा गली में खेल <coughs> तो भाई यो नुक्स बहुत है जो जो <coughs> सड़क नहीं खुली हो रही आबादी के हिसाब से तो अगर आपका ख्याल ठीक है भाई तो कमेंट जरूर करियो धन्यवाद